ما كن لوليك لو حجت ابن الحسن صلواتك عليه وعلى آبائه في هذه الساعة وفي كل ساعة من ساعة الليل والنهار وليا وحافظا وقائدا وناصرا ودليلا وعينا حتى تسكنه ارزاقا طوعا وتمتعه فيها طويلا. اللهم يا مدبر الامور يا باعث من في القبور يا مجري البحور ويا ملين الحديد لداود علیہ السلام، پالنے والے محمد والے محمد دا واسطہ ہی، بانیاں دا پہلوان دا فرش ازا وچھایا منظور مولا، انہاں دا خرچ تمام مومنین دا ٹورایا ذاکرین دی پڑھائی منظور فرما مولا، اے آستانہ تا قیامت آباد رہے، آمین آکھی کرو مولا. حاجی ملک مرید عباس پہلوان کو صحت یاب فرما مولا، او کو اپنے بچوں نال، عزیزاں نال، رشتہ داراں نال، خاندان نال سلامت رکھ، دشمن دا وار خطا ہوئے، انہاں دے جتنے بزرگ رشتہ دار بھرا عزیز دنیا تو ٹر گئے، شہید زوار حسین، اعجاز حسین اور انہاں دے بزرگاں دے درجات بلند فرما، تمام مومنین دا ٹورایا منظور فرما. جنہاں جنہاں لوگاں نے میں غریب سید دے ذمے دعائیں لائیں، میرا مولا تو بہتر جاننے، وہ جتھائی ہیں ساری نہ دعاواں مستجاب فرما، ساڑھے بار میں امام دا جل ظہور فرما. مل کے صلوات پڑھو رسول دی ذات تے والا، صلی اللہ محمد و آل محمد. پہلے بندے تو گھن کے عقیل عباس مگسی تک سارے اونچی آواز دے نال درود پڑھو سجدہ، زندہ باد. حیاتی ہوئے تھوڑی ایڈی وڈی گرمی ہے، تھوڑا آونا باونا نعرے مارنے ذاکر نال بولنا یہ معجزے تو گھٹ نہیں، یہ نہ پڑھن والے تے احسان ہے تھوڑے درود دا پڑھنا، نہ بانی تے احسان ہے. گرمی چائے بیٹھے ہوئے عبادت کرو، مل کے صلوات پڑھو محمد دی ذات تے. اللہم نعرہ تکبیر، مل کے اللہ دا نام جاؤ، نعرہ تکبیر، نعرہ رسالت، نعرہ رسالت، نعرہ حیدری، ولی نعرہ حیدری یا علی. صلوات کھلے دے نال پڑھو ایک بار، ملتان آزاداری نیٹ ورک والے موجود ہیں، مولا انہاں دی زندگی دراز فرماوے، مولا انہاں کو وستا رکھے. اچھی صلوات پڑھو، میں پڑھائی نوکری شروع. اعوذ باللہ من الشیطان بسم اللہ الرحمن الرحیم. صلوات الحمدللہ جنت للمؤمنین والنار للکافرین والمنافقین
الصلاة والسلام على من كان نبيا وآدم بين الماء والتين الصلاة والسلام على حسن حسن المعصوم المسموم جكو كي واري زهر ملي ਮੋਮਨਾ ਦੇ ਜੜ ਬੰਦਿਆਂ ਦੀ ਹਯਾਤੀ ਹੋਵੇ ਖਾਨ ਸਾਹਿਬ ਆ ਜ਼ਿੰਦਗੀ ਹੋਵੇ ਹਸਨ ਅਲ ਮਸਮੂਮ ਅਲ ਵਾਲਾ ਹੁਸੈਨ ਅਲ ਮਜ਼ਲੂਮ ਅਲ ਜਿੰਦੀ ਭੇੜਾ ਦੀ ਆਏ ਪੇਸ਼ੀ ਦੀਨ ਛੋੜੀ ਹੋਈ ਅਜਾਣ ਦੀ ਨਹੀਂ ਲਤਾਂ ਤੇ ਭੇੜ ਲੁੱਟੀ ਸਲਾਮਤ ਰੱਖੇ ਅਕਬਰ ਦੇ ਸ਼ਰੀਫਾਂ ਦੇ ਨਾਲ ਹਯਾਤੀ ਹੋਈ ਮੌਲਾ ਤੁਹਾਡਾ ਮਾਤਮ ਕਬੂਲ ਫਰਮਾਓ ਜੀ 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 ਮੇਰੇ ਆਦੀ ਆਈ ਪੇਸ਼ੀ ਦੀਨ ਛੋੜੀ ਅਜਾਣ ਦੀ ਨਹੀਂ ਲਥਾਤੇ ਫੇਰ ਭਲਾ ਹੋਵੇ ਤੁਹਾਡੇ ਜੀ ਨੌਕਰਾਂ ਦਾ ਦਾਰਾਂ ਦਾ ਭਵਿਸ਼ ਤੁਹਾਡਾ ਬਹੁ ਦਾ ਮੁਕਾਮ ਉਹਦੇ ਗਮ ਚ ਰੋਣ ਜਿਹੜੀਆਂ ਬੇੜੀ ਕੁਕਈ ਨਹੀਂ ਰੋਣ ਵਾਹ ਬਾਈ ਵਾਹ ਮਨਜ਼ੂਰ ਹੈ ਮਜਲਿਸ ਜੀ ਸੈਯਦਾ ਮੁਕਾਨ ਜੀ ਖਾਨ ਸਾਹਿਬ ਜੀ ਸੈਯਦਾ ਮੁਕਾਨੀਆ ਸੈਯਦਾ ਹਯਾਤੀ ਹੋਵੀ ਮੁਕਾਨੀਆ ਹੁਸੈਨ ਦਾ ਲਾਕਰਾ ਜੋਲੀਆਂ ਫੈਲਾਓ ਦੁਆ ਮੰਗਦਾ ਉਹ ਬੀਬੀ ਰੰਗ ਲਾਵੀ ਜਿਹੜੀ ਚਿੱਟੜੀ ਕੁਲਟੀਏ ਜਿਹੜੇ ਵਾਲਾਂ ਦਾ ਪਰਦਾ ਬਣਾ ਕੇ ਆਦੀ ਆਈ ਨਾ ਮਾਰੋ ਮੇਰੇ ਛੁੜਾ ਮਾਰਾ ਦਾ ਕੋਈ ਮਾਤਮ ਕਿਉਂ ਜਿਵੇ ਵਾਹ 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 ਜਿਹੜੀ ਆਦੀ ਆਈ ਨਾ ਮਾਰ ਮੈਂ ਫਿਰਵਾ ਮੋਈਆ ਮਾਤਮ ਸੋਹਣਾ ਲੱਗਦਾ ਹੈ ਮੋਮਨਾ ਦੀਗਰ ਵੇਲੇ ਅਲੀ ਦੀਆਂ ਦੀਆਂ ਹੀ ਸਿਰ ਦਾ ਮਾਤਮ ਕੀਤਾ ਆਈ ਨਮਰ ਮੇਰੇ ਛੁੜਾ ਵਾਲਾ ਕੋਈ ਬੀਬੀਆ ਦੀ ਆਈ ਹਯਾ ਕਰਵਾ ਮੈਂ ਸੱਚੀ ਮਾਂ ਦੀਦੀ ਸਦਕੇ 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 ਜੀ ਬੀਬੀਆ ਦੀ ਆਈ ਰਾਹ ਮੈਂ ਕੱਲੀ ਨਹੀਂ ਮੇਰੀਆਂ ਭਰ ਜਾਇਆ ਨਾਲ ਮੈਂ ਕੱਲੀ ਨਹੀਂ ਉਹ ਮੇਰੀਆਂ ਸ਼ਰੀਫ ਭਰ ਜਾਇਆ ਸਦਕੇ ਨੌਕਰਾਂ ਨੌਕਰਾਂ ਹਯਾਤੀ ਹੋਏ ਹੱਥ ਨਾ ਜੋੜੇ ਕਰ ਜੀ ਮੈਂ ਕੱਲੀ ਨਹੀਂ ਮੇਰੀਆਂ ਭਰ ਜਾਇਆ ਪਕੜ ਗਏ ਨਾ ਪਕੜ ਗਏ ਨਾ ਵਾਹ ਵਾਹ ਹਯਾਤੀ ਹੋਵੇ ਮੈਂ ਕਰੋ ਜ਼ਿੰਦਗੀ ਹੋਵੇ ਤੁਹਾਡੀ ਬੀਬੀਆਂ ਦੀ ਆਈ ਮੈਂ ਕੱਲੀ ਨਹੀਂ ਮੇਰੀਆਂ ਭਰ ਜਾਇਆ ਨਾਲ ਹਾਂ ਬੀਬੀਆਂ ਦੀ ਆਈ ਰਾਲ ਸੈਯਦ ਜ਼ਾਦੀਆਂ ਇਹੋ
ਵੇਲਾ ਹਾ ਨਾ ਉਹ ਮੇਰੇ ਵਤਨ ਵਾਲਿਓ ਮੁਲਤਾਨ ਵਾਲਿਓ ਅਲੀ ਦੀ ਧੀ ਦੇ ਰੁਖੇ ਮੈਂ ਮੈਂ ਨੌਕਰ ਬੀਬੀਆਂ ਦੀ ਆਈ ਚਾਦਰਾ ਡਿਓ ਜਾਂ ਪੱਤੀਆਂ ਬੁਝੋ ਉਹ ਮੈਂ ਤਾਂ ਨਾਨੇ ਦੇ ਰੋਲੇ ਦੇ ਵੀ ਨੀ ਕੁ ਕਢਾਈ ਮਾਤਮ ਕਰੋ ਸਾਰੇ ਮੈਂ ਕੁਛ ਸੁਜਾਣੋ ਮੈਂ ਤੁਹਾਡੇ ਨਬੀ ਦੀ ਧੀ ਦੀ ਧੀ ਵਾਹ 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 ਚੰਗੇ ਪਿਓ ਦਾ ਪੁੱਤ ਜੀ ਸੁਣਾਵਾ ਮੈਂ ਬੀਬੀਆਂ ਦੀ ਆਈ ਅਲੀ ਦੀ ਧੀਆਂ ਗਾਜ਼ੀ ਦੀ ਸੈਣਾ ਤਾਏ ਜਈ ਮਾਮ ਦੀ ਭੇਣਾ ਜਿਹੜੇ ਵੇਲੇ ਦੀ ਦੀਨ ਛੋਰੀ ਆਈ ਬਾਗੀ ਦੀ ਭੇਣ ਸਦਕੇ 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 ਮੁਕਾਣੀ ਖਰਚ ਮਨਜ਼ੂਰ ਹੈ ਬਾਨਿਆਂ ਦਾ ਤੁਹਾਡੇ ਜਜ਼ਬਾਤ ਤੇ ਦਰਦ ਰਸੇ ਨੇ ਲਾ ਕੇ ਮੇਰੇ ਸੈਣੀ ਮੁਕਾਨ ਬੀਬੀਆਂ ਦੀ ਆਈ ਵਤਨ ਦੂਰੇ ਤੇਰੀ ਭੇਣ ਮਜਬੂਰ ਮੇਰੇ ਨਾਲ ਯਤੀਮੀ ਪੂਰੇ ਰਾਤ ਦਾ ਵੇਲਾ ਹੈ ਤੇ ਲੁੱਟ ਪਏ ਹੌਸਲੇ ਨਾਲ ਮੌਲਾ ਤੁਹਾਡੇ ਮਕਾਨ ਮਨਜ਼ੂਰ ਫਰਮਾਵੇ ਵਾਹ 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 ਮੌਲਾ ਤੁਹਾਡੇ ਵਹਿਣ ਬਿਸਮਿਲ੍ਲਾ ਪੜ੍ਹਾਂ ਜਾਂ ਨਹੀਂ ਵੇ ਰਜੇ ਮੈਂ ਤਾਂ ਪਰਦੇ ਦੇ ਅੰਦਰੋਂ ਖਾਨ ਸਾਹਿਬ ਆਈ ਬੈਠੀ ਹੋਵੇ ਅਤੇ ਮੈਂ ਤਾਂ ਆਖੇ ਜਾਂ ਮੋਮਿਨ ਤਾਂ ਜਾਂ ਮੇਰੀ ਬੁਰਕੇ ਕੋ ਰੋਂਦੇ ਪਏ ਹਨ ਸੱਯਦ ਹਾਵੇਂ ਤੇ ਥੱਕ ਗਏ ਬੀਬੀਆਂ ਦੀ ਆਈ ਬੁਰਕਾ ਲੁਟਾਈ ਖੜੀਆ ਤਿਆਰੀ ਕਰੋ ਮਾਤਾ ਹੋ ਤੇਰੀ ਧੀ ਕੁਚਾਈ ਖੜਿਆ ਹਾਏ ਭੇੜ ਦਾ ਕੁਝ ਨਹੀਂ ਵੀ ਬਚਿਆ ਵੇ ਭੇੜੀ ਦਾ ਮਾਲ ਉਹ ਵੀ ਰੋਣ ਵੇ ਹਯਾਤੀ ਹੋਵੇ ਤੁਹਾਡੀ ਖਾਨ ਅਕੀਲ ਖਾਂ ਸਾਹਿਬਾ ਉਹ ਪਾਣੀ ਆਓ ਮਲੰਗਾ ਮੋਮਨਾ ਇਹੋ ਵੈਣ ਮੈਂ ਪਿਛਲੇ ਮਹੀਨੇ ਮੱਲ ਅਕਬਰ ਸ਼ਾਹ ਰਹੀਮ ਯਾਰ ਖਾਂ ਕੀਤੇ ਸੱਯਦ ਉੱਠੀ ਖੜੇ ਮੂੰਹ ਤੇ ਮਾਤਮ ਕਰਕੇ ਆਦੇ ਅਲਤਾਫ ਸ਼ਾਹ ਬੀਬੀ ਇਹ ਵੀ ਜ਼ਰੂਰ ਆਖਿਆ ਉਸੀ ਬੁਰਕਾ ਲੁਟਾਈ ਮੋਗੇ ਹੀ ਹਾਈ ਮਜਲਿਸ ਹਾਏ ਤੇਰੇ ਸਜਾਦ ਕੁਚਾਈ ਖੜੀ ਹਾਏ ਭੇੜ ਦੀ ਨਸਲ ਮੁੱਕ ਗਈ ਆਈ ਵੇ ਭੇੜੀ ਦਾ ਮਾਂ ਤੁਸਾਂ ਵਸਦੇ ਰਹੋ ਨੌਕਰਾ ਮੈਂ ਬੀਬੀਆਂ ਦੀ ਆਈ ਬੁਰਕਾ ਲੁਟਾਈ ਖੜੀਆ ਸਜਾਦ ਬਾਕਰ ਦੇ ਕਰੋੜਾ ਬਣਸੀ ਵੇ ਭੇੜ ਦੀ ਨਸਲ ਮੁੱਕ ਗਈ ਸਦਕੇ 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 ਤੁਹਾਡੇ ਦਿਲ ਚ ਦਰਦ ਸਯਾਦਾਨੀਆਂ ਦੇ ਉਦਰ ਆਬਾਦ ਰਹੋ ਮੌਲਾ ਤੁਹਾਡੀ ਮੁਕਾਨ ਮਨਜ਼ੂਰ ਫਰਮਾਓ ਵਾਹ ਸੁਬਾਨ ਮਨਜ਼ੂਰੀ ਵਾਲੀ ਮਜਲਿਸ ਹਯਾਤੀ ਹੋਵੇ ਬਾਨੀਆਨਾ ਦੀ ਮੌਲਾ ਇਹਨਾਂ ਦਾ ਖਰਚ ਕਬੂਲ ਫਰਮਾਵੇ ਬਾਣੀ ਦੀ ਹੈਸੀਅਤ ਵਿੱਚ ਨਾਜ਼ਰ ਹਾਂ ਕਈ ਕਈ ਸਾਲ ਤਾਂ ਮੈਂ ਕੋਈ ਥਾਂ ਟਾਈਮ ਬਚਦਾ ਹੀ ਕੋਈ ਨਹੀਂ ਸਾਰੇ ਮਹਿਮਾਨ ਹੋਣ ਸਾਰੇ ਭਾਈ ਹੋਣ ਤਾਂ ਇਵੇਂ ਚੁੱਕਦੇ ਚੁੱਕਦੇ ਚੁੱਕਵੇ ਨੇ ਹੈ ਅਤੇ ਅੱਜ ਥੋੜ੍ਹੇ ਜਿਹੇ ਸਾਡੇ ਮਹਿਮਾਨ ਲੇਟ ਹਨ ਹੁਣ ਮੈਂ ਇਹਦਾ ਬੈਠਾ ਅਕਸਰ ਜਾ ਕੇ ਪਹੁੰਚ ਗਿਆ ਤਾਂ ਮੈਂ ਇੱਕ ਜਾਂ ਦੋ ਕਸੀਦੇ ਜ਼ਿਆਦਾ ਔਰ ਉਹਦੇ ਬਾਅਦ
میں مصائب اپنے اس طرح بڑھ گیا. مناسب ہویا ضروری ہویا تو ایک دو بہن سلوات سارے پڑھو نبی دی ذات تے بلند آواز. درود سارے پڑھیا کرو. ذاکر دی بھاوے کنڈ ہوئے بھاوے سامنے ہو یا رسول اللہ زور لے سے نا پچھلے سنے حیدری جی وہ اللہم صلی علی محمد جی وہ جی وہ جی وہ زندگی ہو بسم اللہ. جناب سیدہ دے رشتے واسطے عرب دے رئیساں نے سید الانبیاء کو درخواستاں پیش کی تھی. قصیدہ سنوے نا بسم اللہ. صحیح مار صاحب سینڈ رشتے واسطے پڑھے لکھے سر چوائے عرب دے رئیساں نے مخدومہ کونین دے رشتے واسطے اللہ دے نبی کو درخواستاں دیتیاں. دیکھو میڈو سید الانبیاء نے خان جی کہیں نال وعدہ نہیں فرمایا سر جھکا کے عرض کرے نے پالنے والے میری دھی کو بتولیا بنایا ہی رشتے دا بندوبست کیا. حیدری آواز قدرت آئیے حبیب نہ گھبرا فاطمہ جانے ان کا رشتہ جانے تے میں اللہ جانا. حیدری سید الانبیاء دی آنکھ لگ گئی ہے. آواز قدرت آئیے جبرائیل جی رب جلیل جی خالق جلدی کر مدینے ون میرے حبیب کو میرا پیغام دیا. اللہ نے جڑا پیغام بھیجا ہے جناب کو قصیدے رنگ سن میں نہ سلوات اچھی آواز نال سین دی ذات تے پڑھو سارا اللہم صلی اللہ. اے میرے محبوب کو ون تو جگا آہستہ آہستہ میرے محبوب ہر بندہ ہی ذاکر نال نہیں بول سکتا بلیندہ او ہوئے دے پلے کچھ بولے اللہ پیار ون تو جگا آہستہ آہستہ میں دے محبوب کو ون تو جگا آہستہ آہستہ میں دے محبوب کو ون تو جگا آہستہ درجات بلند ہوئے اللہ مناصر صاحب یہ جو لوگ ہی کڑائی کڑائی پیدا ہوئے اندھے بھائی آگی بچہ بھی ہے آہستہ میں دے محبوب کو بن تو سنے بھائی آہستہ نارا ہوئے نہ بہر تک بندے سنیں تے ہاں حیدری. اللہ نے جبرائیل کو اپنے حبیب دو جڑا پیغام بھیجے سنوے نا سہر ویسے مہربانی جبرائیل
ਭਾਈ ਜਾਨ ਪਾਕਾਂ ਦੇ ਪਾਕ ਦਰਵਾਜ਼ੇ ਤੇ ਆਏ, ਦਸਤਕ ਕੀਤੇ, ਸਹਿਦਾ ਦੀ ਤਾਈ ਪੁੱਛਦੀ ਹੈ ਕੌਣ ਹੈ। ਹਾਏ ਵਧੀਆ ਸ਼ਾਨਾਂ ਵਾਲੀ ਬੀਬੀ ਇਵੇਂ ਨੀ ਸ਼ਾਹੀ ਛੋੜ ਕੇ ਆਈ, ਕੌਣ ਹੈ? ਆਵਾਜ਼ਾਂ ਦੇ ਨਹੀਂ ਵੀ ਸੁਣਾਤਾ, ਮੈਂ ਜਬਰਾਈਲ ਆਇਆ ਖੜਾ। ਪੰਜਾਂ ਮਿੰਟਾਂ ਦੇ ਬਾਅਦ ਬੀਬੀ ਫਿਜ਼ਾ, ਸੈਣ ਫਿਜ਼ਾ, ਜਨਾਬੇ ਫਿਜ਼ਾ, ਦਾਈਏ ਤਾਂ ਮਦੀਨੇ ਵਾਲੇ ਸਹਿਦਾਂ ਦੀ ਸਾਰੀ ਸੈਣ ਹੈ। ਹਾਏ ਹਾਏ, ਜੇ ਕੋ ਮੁਹੰਮਦ ਧੀ ਸੱਦੇ, ਅਲੀ ਭੇਣ ਸੱਦੇ, ਹਸਨ ਹੁਸੈਨ ਅੰਮਾ ਆਖੇ, ਜਬਰਾਈਲ ਆਖਿਰ ਪ੍ਰੋਫੈਸਰ ਸਰ ਦੇਖਿਆ ਦੇ ਨਹੀਂ ਦੇਰ ਖੜਾਈ ਰੁਕਾਈ, ਮੇਰੇ ਕੋ ਨਹੀਂ ਵੀ ਸੁਣਨੇ ਦੀ, ਮੇਰੇ ਕੋ ਨਹੀਂ ਵੀ ਜਾਣਦੀ, ਮੈਂ ਸਾਰੇ ਮਲਾਇਕਾ ਦਾ ਸਰਦਾਰ ਹਾਂ, ਸਾਰੇ ਫਰਿਸ਼ਤਾ ਦਾ ਸਰਦਾਰ ਹਾਂ, ਮੈਂ ਜਬਰੀਲ ਆਇਆ ਖੜਾ। ਦੇਖਿਆ ਦੀਏ ਮਨੇਨੀਆ, ਬੇਸ਼ੱਕ ਸਾਰੇ ਮਲਾਇਕਾ ਦਾ ਸਰਦਾਰ ਹੈ, ਪਰ ਮਾਮੂਲੀ ਮਸਤੂਰ ਮੈਨੂੰ ਵੀ ਨਾ ਸਮਝੀ, ਮੈਨੂੰ ਫਾਤਿਮਾ ਭੇਣ ਸਰੇ। ਹਾਏ ਹਾਏ ਹਾਏ, ਜੀਵੋ ਜੀਵੋ ਜੀਵੋ, ਹਾਏ ਦਰੀ ਬੀਬੀ ਫਿਜ਼ਾ ਦੇ ਕੇ ਆ ਦੀਏ ਸਾਰੇ ਦਾਖਲ ਆਦਾ ਅੱਕ ਸਾਰੇ ਪਰ ਇਥਾ ਨੋ ਕਰੇ। ਹਾਏ ਹਾਏ ਹਾਏ, ਕਿਆ ਬਾਤ ਹੈ ਤੁਹਾਡੀ ਜੀ? ਵੋ ਹੈ ਦਰੀ ਬੀਬੀ ਦੇ ਕੇ ਫਰਮੈਂਦੀ ਏ, ਸਿੱਧਰਾ ਨਹੀਂ ਹੈ ਦਰ ਜ਼ਹਰਾ ਅਲਾ ਆਹਿਸਤਾ ਓਏ ਆਹਿਸਤਾ, ਹੱਥ ਉੱਚੇ ਕਰਕੇ ਹੈ ਦਰੀ ਹੋਏ। ਮੈਂ ਅਲੀ ਦਾ ਨਾਂ ਚਾਇਆ ਏ ਜਥੇ ਰੱਬ ਦਾ ਪਾਕ ਸਲਾਮਾ ਦਾਏ, ਮੈਂ ਅਲੀ ਦਾ ਨਾਂ ਚਾਇਆ ਏ ਜਥੇ ਰੱਬ ਦਾ ਪਾਕ ਸਲਾਮਾ ਆਵਾਜ਼ ਵਧਾਓ ਥੋੜੀ ਜਿਹੀ, ਰੱਬ ਦਾ ਪਾਕ ਸਲਾਮਾ ਦਾ ਮੌਲਾ ਤੋਂ ਰੰਗ ਲਾ ਜਿੰਦੇ ਰਹੋ, ਪਤਾ ਤਾਂ ਲੱਗੇ ਜੋ ਮੈਂ ਵਸੇ ਵਿੱਚ ਪੜਦਾ ਅਲੀ ਦਾ ਨਾ ਹੈਦਰੀ ਅਲੀ ਵਲੀ ਦੀ ਸਨਾ ਕਰੇ ਗੁਜ਼ਰਦੀ ਪਈ ਏ ਮੈਂ ਖੁਸ਼ ਨਸੀਬਾਂ, ਨਾ ਕਹੀਂ ਦਾ ਡਰੇ ਨਾ ਕਹੀਂ ਦਾ ਖੌਫ ਏ ਮੁਨਾਫਕਾਂ, ਤੂੰ ਨਾ ਡਰ ਰਕੀਬਾਂ ਹੈ ਨਾ ਕੁਰਾਨ ਸਾਰਾ ਅਲੀ ਦੀ ਸੁਣਾਵੇ, ਜੇ ਮੁੱਲਾ ਨਾ ਮੰਨੇ ਜਲੀ ਕਿਆ ਕਰੇ, ਵਲੀ ਦੀ ਕਬਰ ਤੇ ਤੁਲਾਵੇਂ ਫਤਵੇ ਕੁਫਰ ਦੇ ਤੇ ਨਾ ਫੈਸ ਪਾਵੇਂ, ਵਲੀ ਕਿਆ ਕਰੇ ਦੁਨੀਆ ਵੀ ਜਮਨ ਵਿੱਚ ਧਤੂਰੇ ਦਾ ਪੌਦਾ,
ਫੁੱਲ ਦੇਵੇ ਬਦਬੂ ਕਲੀ ਕਿਆ ਕਰੇ ਉਹ ਦੁਸ਼ਮਣ ਅਲੀ ਦਾ ਗਿਲਾ ਤੇਰੀ ਮਾਂ ਤੇ ਹਰਾਮੀ ਜੋ ਹੋਇਓ ਅਲੀ ਕਿਆ ਕਰੇ ਆਏ 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 ਜੀਵੋ 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 ਮਿਲ ਕੇ ਸਭ ਬੋਲੋ ਹਾਏ ਦਰੀ ਹਯਾਤੀ ਹੋਵੇ ਅਲੀ ਦਾ ਨਾ ਜਾਏ ਜਤੇ ਰੱਬ ਦਾ ਬਾਗ ਸਲਾਮ ਆਂਦਾਏ ਮੈਂ ਅਲੀ ਦਾ ਨਾ ਜਾਏ ਜਤੇ ਰੱਬ ਦਾ ਬਾਗ ਸਲਾਮ ਆਂਦਾਏ ਮੈਂ ਅਲੀ ਦਾ ਨਾ ਜਾਏ ਜਤੇ ਰੱਬ ਦਾ ਬਾਗ ਸਲਾਮ ਆਂਦਾਏ ਜੈਨਾ ਸਦਕਾ ਰਿਜ਼ਕ ਪਿਆ ਮਿਲਦਾ ਹੈ ਉਹਦੀ ਦਿੱਤੀ ਹੋਈ ਖੈਰਾਤ ਨਾ ਸੱਟੀ ਤੂੰ ਜੋ ਕੁਝ ਮੰਗਦਾ ਮਿਲਵੈਂਦਾ ਖਿਨਾ ਹੱਥ ਵਿੱਚ ਇਹ ਸੌਗਾਤ ਨਾ ਸੱਟੀ ਜਿਵੇਂ ਲਾਉਦੇ ਹੱਜ ਨਮਾਜ਼ਾਂ ਫਰਜ਼ ਉਵੇਂ ਸ਼ਾਗਿਰ ਦਰ ਸਾਦਾਤ ਨਾ ਸੱਟੀ ਜੇ ਬੁਗਜ਼ ਅਲੀ ਦੇ ਨਾਲ ਰੱਖਿਓ ਵੱਤ ਜੰਨਤ ਕੀਤੇ ਬਾਤ ਨਾ ਪੱਟੀ ਮੈਂ ਅਲੀ ਦਾ ਨਾਚ ਵਾਹ ਵਾਹ ਜੀਓ ਹੈਦਰੀ ਅਲੀ ਦਾ ਨਾ ਜਤੇ ਰੱਬ ਦਾ ਬਾਗ ਸਲਾਮ ਆਂਦਾਏ ਮੈਂ ਅਲੀ ਦਾ ਨਾ ਜਤੇ ਰੱਬ ਦਾ ਬਾਗ ਸਲਾਮ ਆਂਦਾਏ ਮੈਂ ਅਲੀ ਦਾ ਨਾ ਜਤੇ ਰੱਬ ਦਾ ਬਾਗ ਸਲਾਮ ਆਂਦਾਏ ਇਨਸਾਫ ਨਾ ਮੰਗ ਕਹੀਂ ਆਦਿਲ ਤੂੰ ਇੱਥਾਂ ਆਦਿਲ ਨਵਾਂ ਨੀ ਕਹਿਣੀ ਇਨਸਾਫ ਗੁਜਾਈ ਮੁਲਕ ਦੇ ਵਿੱਚ ਜਿੱਥਾਂ ਪਾਣੀ ਲੱਭਦਾ ਸੀ ਉਹ ਕਹਿਣੀ ਓਏ ਦਾਲ ਡਦਾ ਪਾਦੈਸ਼ੀ ਹੈ ਇਹਦੇ ਜਿਸਮੇ ਤੇ ਸੀ ਘਿਓ ਕਹਿਣੀ ਵਦਾ ਕੁਫਰ ਦੇ ਫਤਵੇ ਲੈਂਦਾ ਹੈ ਜਾਂਦਾ ਛਤਰੀ ਜ਼ਿਲੇ ਚ ਪਿਊ ਕਹਿਣੀ ਮੈਂ ਹਾਏ 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 ਪੜਾ ਇੱਕ ਵੈਣ ਵਸਤੀ ਹਈ ਬੇਮੌਸਮੀ ਉਜੜ ਗਈ ਡਰ ਲੱਗਦੇ ਅੱਜ ਸਾਹਿਬ ਭਾਈ ਮੁਰੀ ਦਾ ਬਾਸ ਹਯਾਤੀ ਹੋਵੇ ਮਤਾ ਪਰਦੇ ਦੇ ਅੰਦਰੋਂ ਆਈ ਬੈਠੀ ਹੋਵੇ ਮਤਾ ਆਖੇ ਚਾ ਸੱਯਦ ਆਵੇ ਕਸੀਦੇ ਸੁਣਾ ਕੇ ਨਾਰੇ ਲਵਾ ਕੇ ਮੋਮਨਾ ਕੋ ਖੁਸ਼ ਕਰਕੇ ਟੁਰ ਗਿਓ ਇਹ ਨਾ ਦੱਸਿਓ ਜੋ ਮੇਰੀ ਜ਼ੈਨਬ ਕਿੱਥਾਂ ਕਿੱਥਾਂ ਰੋਂਦੇ ਹਾਏ 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 ਬਸ ਮੁਕਾਈ ਖਣਾ ਪੜਨ ਵਾਲੇ ਆ ਗਏ ਅਕਬਰ ਦਾ ਕਾਤਿਲ ਅਕਬਰ ਦੇ ਜ਼ਈਫ ਭਰਾ ਕੋਲ ਮਹਿਮਾਨ ਹਾਏ ਬੰਦ ਸੁਣੇ ਨਾ ਇੱਥਾਂ ਹੀ ਮੁਕਣਾ ਹਯਾਤੀ ਹੋਵੇ ਜ਼ਿੰਦਗੀ ਹੋਵੇ ਜਿੰਦੇ ਰਹੋ ਬਿਸਮਿਲ੍ਲਾ ਅਕਬਰ ਦਾ ਕਾਤਿਲ ਜਿਹੜੇ ਅਲੀ ਅਕਬਰ ਦੇ ਮੁਰੀਦ ਬੈਠੇ ਵੇ ਨੌਕਰ ਬੈਠੇ ਵੇ ਡਾਡਾ ਸੋਹਣਾ ਪੋਤਰਾ ਹੁਸੈਨ ਦਾ ਅਲੀ ਅਕਬਰ ਅਕਬਰ ਦਾ ਕਾਤਿਲ ਅਕਬਰ ਦੇ ਵੱਡੇ ਭਰਾ ਕੋਲ ਮੇਰੇ ਸੁਣੀ ਭਾਈਓ ਮਹਿਮਾਨ ਆਥੇ ਭਰਾ ਦੇ ਕਾਤਿਲ ਕੋ ਡਿਠਿਸ ਜਿਗਰ ਫਟ ਗਏ ਟਿੱਪਾ ਮਾਰ ਕੇ ਅੱਖਾਂ ਚੋਂ ਖੂਨ ਲੁੜੇ ਦੁਆ ਮੰਗੀ ਕਰੋ ਛਾਲਾ ਹਰ ਕਹਿੰਦੇ ਭਰਾ ਜੀਵੇਂ ਬਿਰਾ ਕਮਰ ਦਾ ਜ਼ੋਰ ਹੋਣੇ ਦੁੱਖ ਸੁੱਖ ਦਾ ਸਹਾਰਾ ਹੋਣੇ ਬਿਰਾਵਨ ਦੇ ਖਾਨ ਦੀ ਨਾਜ਼ ਹੋਣੇ ਨਾ ਮਾਣ ਹੋਣੇ ਸ਼ਾਲਾ ਕਹੀ ਦੇ ਮਾਲ ਨਾ ਟੁੱਟੇ ਅਕਬਰ ਜੈ ਸੋਹਣੇ ਬਿਰਾ ਦੇ ਕਾਤਿਲ ਕੋ ਰਿਠਿਸ ਖੂਨ ਰੁਨੇ ਸਜਾ ਜਵਾਨਾਂ ਤੁਹਾਡੀ ਜਵਾਨੀ ਦੀ ਕਸਮ ਹੈ ਸਾਲ ਡੇਢ ਸਾਲ ਹੋ ਗਏ ਜਾਂ ਦੋ ਸਾਲ ਮੈਂ ਸ਼ਹੀਦਾਂ ਦੀ ਬਰਸੀ ਪਿਆ ਪੜਦਾ ਡਿਸਟ੍ਰਿਕਟ ਰਹੀ ਪਿਆਰ ਖਾਂ 'ਚ ਮੈਂ ਇਵੇਂ ਪੜ੍ਹੇ ਅਕੀਲ ਖਾਂ ਪਾਕ ਮਿੰਬਰ ਦੀ ਕਸਮ ਹੈ ਝੂਠੇ ਤੇ ਲਾਨਾ ਤੇ ਦੁਨੀਆ ਗਵਾਹ ਹੈ 20,000 ਦੀ ਕਮ ਅਜ਼ ਕਮ ਗੈਦਰਿੰਗ ਆਈ ਸ਼ਹੀਦਾਂ ਦੀ ਬਰਸੀ ਆਈ ਜਲੂਸ ਤੇ ਜ਼ਾਲਮਾਂ ਹਮਲਾ ਕੀਤਾ ਸਾਡੇ ਛੋਟੇ ਛੋਟੇ ਬੱਚੇ ਸਾਡੇ ਕੜੀਆ ਨੌਜਵਾਨ ਸਾਡੇ ਜ਼ਈਫ ਬੁੱਢੜੇ 22 ਜਨਾਜ਼ੇ ਸ਼ੀਆਂ ਦੇ ਬਯਕ ਵਕਤ ਉੱਠਿਆ ਹਾਏ ਕਿਹੜਾ ਜੁਰਮ ਹੈ ਮਾਤਮੇ ਦਾ ਕਿਹੜਾ ਜੁਰਮ ਹੈ ਕੌਮ ਹੈ ਸ਼ੀਆ ਦਾ ਅਸਾਂ ਉਹਦੇ ਗਮ ਵਿੱਚ ਰੋਣੇ ਆਏ ਚਾਹੇ ਦੀਨ ਬਚਾਏ ਚਾਹੇ ਇਸਲਾਮ ਬਚਾਏ ਚਾਹੇ ਪਰਦਾ ਬਚਾਏ ਚਾਹੇ ਨਮਾਜ਼ ਬਚਾਈਏ ਉਹਨਾਂ ਦੀ ਬਰਸੀ ਆਈ ਹਜ਼ਾਰਾਂ ਦਾ ਮਜਮਾ ਮੈਂ ਇਹ ਗੱਲ ਕੀਤੀ ਹੈ ਅਕਬਰ ਦਾ ਕਾਤਿਲ ਅਕਬਰ ਦੇ ਭਰਾ ਕੋਲ ਆਏ ਸਾਹਮਣੇ ਇੱਕ ਸੱਯਦ ਬੈਠਾ ਮੈਂ ਨਾ ਜਾਣਨਾ ਮੁੱਠੀ ਖੜੇ ਮੈਂ ਕਹਾਂ ਅਲਤਾਫ ਸ਼ਾਹ ਤੂੰ ਨਹੀਂ ਵੀ ਜਾਣਦਾ ਮੈਂ ਰਾਤ ਦੱਸਿਆ ਦਾ ਮੈਂ ਆਲੇ ਮੈਂ ਦੀਨ ਹਾਂ ਉਹਦੀ ਗੱਲ 'ਤੇ ਮਜਲਿਸ ਮੁੱਕ ਗਈ ਆਈ ਅੱਲਾ ਗਵਾਹ ਹੈ
अदे मैं खुद तारीख च पढ़े ते पूरे पाकिस्तान च मोमना को दसी भी सही जदा अकबर दा कातिल है ना सजाद को कपड़े उहे पई वदा जड़े अकबर दे लुटे होए सदके सदके कदर कीती इवें हक मुकान दा बिस्मिल्लाह लिबास उहे पई वदा जड़ा अकबर दा लुटिया होया रोंदा होया आंदे रहे वैन सुन मैना परदा दारा ने वला उहे रोंदा डिठे तड़प के वारो वारी उठे कोई बीबी दामन न पेंदी कोई बीबी गले च भई पेंदी रोग रोग के आ दिन है में सजाद एडा जो रोंदा पे कोई नवी शाम तो नहीं आ रहा रात वध गई है परदा दारा तो लेके सैयद बैन कीते हाथ जम के जख्मी फुफिया दे आखे गए रथ दा सुल्तान हो जाए अकबर दीन तो लाया आज ओ सनम है गरीबी सैदानी शर्म ना करो शर्म हाथ जम के अकबर दी मां अकबर दे कातल वास्ते शरबत बैठी बड़े दी अकल मार किया दी हायो मेरा तस्सा बजड़ा तेरा कातल मेहमान